ਫਿਰੋਜ਼ਪੁਰ ਦੇ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਕਾਰ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਸੀ ਜਿਸ ਦੌਰਾਨ ਇਹ ਤਿੰਨੋਂ ਨੌਜਵਾਨ ਕਾਰ ਦੇ ਵਿੱਚ ਸਵਾਰ ਸਨ ਤੇ ਇਹਨਾਂ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਫਿਰੋਜ਼ਪੁਰ ਮਲਵਾਲਾ ਰੋਡ ਤੇ ਵਾਪਰਿਆ ਜਿਸ ਤੋਂ ਬਾਅਦ ਨੇੜਲੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਨੌਜਵਾਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਜਾਣਕਾਰੀ ਦੇ ਮੁਤਾਬਕ ਇਹ ਤਿੰਨੋਂ ਨੌਜਵਾਨ ਫਿਰੋਜ਼ਪੁਰ ਤੋਂ ਕੁਝ ਸਮਾਨ ਲੈ ਕੇ ਆਪਣੇ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਤਿੰਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚੀ। ਇਹ ਆਪਣੇ ਮੇਰੇ ਭਤੀਜਾ ਦੀ ਡੈਥ ਹੋਈ ਹੈ, ਇਹ ਫਿਰੋਜ਼ਪੁਰੋਂ ਜਾ ਰਹੇ ਤਿੰਨੇ ਜਾਣੇ ਗੱਡੀ 'ਚ, ਸਵਿਫਟ ਗੱਡੀ ਸੀ ਉਹਦੇ ਵਿੱਚ ਜਾ ਰਹੇ ਸੀ। ਉੱਧਰੋਂ ਟਰੱਕ ਆ ਰਿਹਾ ਸੀ, ਟਰੱਕ ਵੀ ਤੇਜ਼ ਸੀ ਅਤੇ ਟਰੱਕ ਦੇ ਵਿੱਚ ਵੱਜੇ ਨਾ ਆਮੋ ਸਾਹਮਣੇ ਵੱਜਣ ਕਰਕੇ ਟਰੱਕ ਦੇ ਵਿੱਚ ਉਹ ਗੱਡੀ ਵਿੱਚ ਚਿੱਟੀ ਦੀ ਨਾਲ ਹੀ, ਅਤੇ ਸਾਨੂੰ ਮੱਲਾਂ ਵਾਲੇ ਫੋਨ ਗਿਆ ਵੀ ਤੁਹਾਡਾ ਐਕਸੀਡੈਂਟ ਹੋ ਗਿਆ ਮੁੰਡੇ ਦਾ, ਕਿਸੇ ਨੇ ਕੀਤਾ ਸਾਨੂੰ। ਅਸੀਂ ਉੱਥੋਂ ਦਵਾ ਦਾ ਆਪਣੇ ਘਰੋਂ ਸਬਜ਼ੀ ਦੀ ਦੁਕਾਨ ਹੈ ਫਰੂਟ ਦੀ, ਦਵਾ ਦਾ ਛੱਡ ਕੇ ਅਤੇ ਗੱਡੀ ਲੈ ਕੇ ਅਤੇ ਇੱਧਰ ਨੂੰ ਭੱਜਿਆ, ਆ ਕੇ ਵੇਖਿਆ ਦੇ ਵਿੱਚ ਫਸੇ ਪਏ ਸੀ। ਅਤੇ ਆ ਕੇ ਇੱਕ ਇਹਨਾਂ ਨੇ ਇਹਨੂੰ ਜਾ ਬੜੇ ਧੱਕੇ ਨਾਲ ਪੰਜਾਂ ਸੱਤਾਂ ਜਣਿਆਂ ਕੱਢਿਆ ਇਹਨੂੰ ਜੋ ਲਾ ਕੇ, ਤਿੰਨ ਜਣੇ ਬਸ, ਹਾਂ ਤਿੰਨਾਂ ਦੀ ਮੌਤ ਹੋ ਗਈ ਮੁੱਖੇ। ਮੈਂ ਮੱਲਾਂ ਲਈ ਗਿਆ ਸੀ, ਉਹਨੇ ਫੋਨ ਆਇਆ ਸੀ ਉਹਨਾਂ ਐਕਸੀਡੈਂਟ ਹੋ ਗਿਆ ਅਤੇ ਅਸੀਂ ਗਏ ਉੱਥੇ ਅਤੇ ਗੱਡੀ ਮੈਂ ਹੁਣ ਕੱਢਿਆ, ਗੱਡੀ ਫਸੇ ਪਿਆ ਸੀ ਟਰੱਕ ਨਾਲ ਐਕਸੀਡੈਂਟ ਹੋ, ਕਿੰਨਾ ਹੀ ਮੌਤ ਹੋ ਗਈ। ਇੱਕ ਪਹਿਲਾਂ ਕੱਢਿਆ ਦੂਜਾ ਨਿਕਲਦਾ ਨਹੀਂ ਪਿਆ ਸੀ, ਇਹ ਧੱਕੇ ਨਾਲ ਕੱਢਿਆ। ਐਂਬੂਲੈਂਸ ਬੜੀ ਦੂਰ ਖਲੋਤੀ ਹੋਈ ਸੀਗੀ, ਐਂਬੂਲੈਂਸ ਵਾਲੇ ਕੋਈ ਨਹੀਂ ਨੇੜੇ ਆਇਆ, ਅਸੀਂ ਆਪ ਚੱਕ ਕੇ ਲੈ ਕੇ ਆਏ ਹਾਂ ਉਹਨੂੰ। ਐਂਬੂਲੈਂਸ ਪਹਿਲਾਂ ਪਹੁੰਚੀ ਸੀ, ਇੱਕ ਹੀ ਐਂਬੂਲੈਂਸ ਪਹੁੰਚੀ, ਕੋਈ ਤਿੰਨ ਨਹੀਂ ਪਹੁੰਚੀ। ਇਹ ਕਹਿੰਦੇ ਵੀ ਤਿੰਨ ਚਾਰ ਐਂਬੂਲੈਂਸ ਪਹੁੰਚੀ, ਇੱਕ ਹੀ ਐਂਬੂਲੈਂਸ ਪਹੁੰਚੀ ਹੋਈ ਸੀਗੀ। ਉਹਦੇ ਦੱਸ ਇੱਕ ਕੋਈ ਐਂਬੂਲੈਂਸ ਹੋਸਪਿਟਲ ਦਾ ਕੋਈ ਕਰਮਚਾਰੀ ਹੁੰਦਾ ਹੱਥ ਨਹੀਂ ਵੜ ਕੇ ਕਿਸੇ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਨਿਕਮੇ ਨਹੀਂ ਇਕੱਠੇ ਕੀਤੇ ਹੋਏ ਇਹਨਾਂ ਵਿੱਚ ਇਹਨਾਂ ਨੇ। ਗੱਡੀ ਤਿੰਨ ਜਣੇ ਸੀਗੇ ਜੀ, ਫਿਰੋਜ਼ਪੁਰ ਤੋਂ ਮੱਲਾਂ ਜਾਂਦੇ ਪਏ ਉਹਦੇ ਘਰੇ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਸ਼ਸ਼ੀ ਨੇ ਦੱਸਿਆ ਕਿ ਤਿੰਨੋਂ ਨੌਜਵਾਨਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਉਧਰ ਫਿਲਹਾਲ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਡੇ ਕੋਲ ਤਿੰਨ ਬੋਡੀਆਂ ਆਈਆਂ ਇੱਕ ਇੱਕ ਕਰਕੇ, ਤੇ ਬੋਡੀ ਜਿਹੜੀ ਵੀ ਆਈ ਹੈ ਤਿੰਨਾਂ ਦਾ ਹੀ ਐਗਜ਼ਾਮੀਨੇਸ਼ਨ ਕੀਤਾ। ਸਾਰਿਆਂ ਦੇ ਹੈੱਡ ਇੰਜਰੀ ਸੀਗੀ, ਕ੍ਰੈਸ਼ ਇੰਜਰੀ ਸੀਗੀ, ਬਰੋਡ ਡੈਡ ਸੀਗੀ, ਤੇ ਤਿੰਨੇ ਬੋਡੀਆਂ ਦਾ ਐਗਜ਼ਾਮ ਡਿਕਲੇਅਰ ਡੈਥ ਡਿਕਲੇਅਰ ਕਰਕੇ ਅਸੀਂ ਮੋਰਚਰੀ ਦੇ ਵਿੱਚ ਰੱਖ ਲਈ ਆ, ਅਤੇ ਸਵੇਰੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਅਤੇ ਫਿਰ ਬੋਡੀ ਫੈਮਿਲੀ ਨੂੰ ਹੈਂਡਓਵਰ ਕਰ ਦਾਂਗੇ। ਇਹਨਾਂ ਨੇ ਦੱਸਿਆ ਕਿ ਮੱਲਾਂ ਵਾਲ ਦੇ ਰਹਿਣ ਵਾਲੇ ਸੀਗੇ, ਲੁਧਿਆਣੇ ਤੋਂ ਕੋਈ ਕੰਮ ਕੁੰਮ ਵਾਸਤੇ ਜਾ ਰਹੇ ਸੀਗੇ ਸ਼ਹਿਰ ਦੇ ਵਿੱਚ, ਅਤੇ ਰਸਤੇ ਦੇ ਵਿੱਚ ਟਰੱਕ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ। ਦੈਨਿਕ ਸਵੇਰਾ ਦੇ ਲਈ ਸੂਰਜ ਪ੍ਰਕਾਸ਼ ਦੀ ਰਿਪੋਰਟ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ, ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਦੂ ਟੋਨਾ, ਮਨਮੋਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ, ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।